ਸਾਨੀ ਮੋਰਚੇ ਦੀ ਹੁਣ ਗੱਲ ਹੋਈ ਹੈ ਤੁਹਾਨੂੰ ਪਤਾ ਹੈ ਕਿ ਸਾਡੇ ਸਿਨੇਮਾ ਯਹਾਂ ਪਾ ਫਿਲਮ ਇੰਡਸਟਰੀ ਨੂੰ ਲੈ ਕੇ ਅਸੀਂ ਦੇਖਿਆ ਕਿ ਐਮੇ ਬ੍ਰੇਕ ਦਾ ਬਹੁਤ ਜ਼ਿਆਦਾ ਜੋ ਹੈ ਲੋਕਾਂ ਨੇ ਵਿਰੋਧ ਕੀਤਾ ਕ੍ਰਿਟੀਸਾਈਜ਼ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਬਾਲੀਵੁੱਡ ਦੀ ਇੱਕ ਫਿਲਮ ਜਿਹੜੀ ਕੀਤੀ ਹਾਲਾਂਕਿ ਇੱਕ ਹੋਰ ਕੀਤੀ ਹੋਈ ਬਟ ਉਹ ਉਹ ਹਜੇ ਬਾਅਦ ਵਿੱਚ ਆਉਗੀ ਬਟ ਇਹ ਫਿਲਮ ਵੀ ਜਿਹੜੀ ਹੈ 2019 ਇਸ ਸੰਘਰਸ਼ ਤੋਂ ਪਹਿਲੇ ਜਿਹੜੀ ਹੈ ਉਹ ਹੋ ਚੁੱਕੀ ਸੀ ਸਟਾਡੀਆ ਸ਼ੂਟ ਆਪਾਂ ਕਹਿ ਸਕਦਾ ਕਿ ਹੋ ਚੁੱਕੀ ਸੀ ਕੰਪਲੀਟ ਬਟ ਬੀਇੰਗ ਐਨ ਆਰਟਿਸਟ ਇੱਕ ਜਦੋਂ ਰਾਹ ਖੁੱਲਦੇ ਹੈ ਹੈਨਾ ਸਾਡੇ ਨਾਰਮਲ ਹਾਲਾਤ ਹੁੰਦੇ ਆ ਜਾਂ ਕੁਝ ਹੋਰ ਸਿਚੁਏਸ਼ਨ ਹੁੰਦੀ ਆ ਆਬਵੀਅਸਲੀ ਹਰ ਕੋਈ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦਾ ਪੋਤਿਆਂ ਧੀ ਜਿਹੜੀ ਹੈ ਉਹਨਾਂ ਜਾ ਕੇ ਅੱਗੇ ਰਾਈਜ਼ ਕਰ ਰਹੇ ਆ ਕਿ ਹੋਰ ਕੰਮ ਕਰਨਗੇ ਬਟ ਜਿੱਥੇ ਇੱਕ ਬੰਦਾ ਖੁਦ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਜੋ ਵੀ ਉਹਨਾਂ ਨੇ ਦੱਸਣਾ ਉਹ ਦੱਸਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਲੋਕੀ ਵੀ ਆਪਣਾ ਪੁਆਇੰਟ ਆਫ View ਰੱਖ ਰਹੇ ਆ ਸੋ ਇਸ ਪੂਰੇ ਜਿਹੜੀ ਚੀਜ਼ ਤੇ ਜਾਂ ਪੂਰੀ ਜਿਹੜੀ ਸਿਚੁਏਸ਼ਨ ਇਸ ਵੇਲੇ ਬਣੀ ਹੈ ਤੁਹਾਡੇ ਦੋਨਾਂ ਦਾ ਕੀ ਟੇਕ ਹੈ ਇਸ ਚੀਜ਼ ਤੇ ਦੇਖੋ ਮੈਂ ਇਹ ਦੇਖਦਾਗਾ ਵੀ ਦੇਖੋ ਆਰਟਿਸਟ ਜਿਹੜੇ ਸਾਰੇ ਆਰਟਿਸਟ ਨੇ ਇੱਕ ਇਹ ਇੰਡਸਟਰੀਕ ਕੰਮ ਹੈ ਇਹ ਕੋਈ ਐ ਤਾਂ ਹੈ ਨਹੀਂ ਵੀ ਕੋਈ ਇੱਕ ਦਰਖਤ ਲੱਗਿਆ ਹੋਊ ਪੈਸੇ ਤੋੜ ਰਹੇ ਨੇ ਸਾਰੇ ਇਹ ਆਲਰੇਡੀ ਜਿਵੇਂ ਤੁਸੀਂ ਜੌਬ ਕਰਦੇ ਹੋ ਇਹ ਵੀ ਇੱਕ ਜੌਬ ਹੈਗੀ ਤੇ ਸਾਰੇ ਆਰਟਿਸਟ ਜਿਵੇਂ ਜਿਵੇਂ ਆਪਣੇ ਖੇਤੀ ਦਾ ਸੰਬੰਧਿਤ ਆ ਸਾਰੇ ਜੇ ਆਪਾਂ ਖੇਤ 'ਚ ਹੁਣ ਜਦੋਂ ਕੋਈ ਕੰਮ ਹੁੰਦਾ ਜਿਹੜੇ ਖੇਤ 'ਚ ਸਾਡੇ ਮਜ਼ਦੂਰ ਭਰਾ ਆਉਂਦੇ ਨੇ ਜੇ ਕੰਮ ਕਰਨ ਮੰਨ ਲਓ ਅਸੀਂ ਆਪਣੀ ਫਸਲ ਆਲੂ ਦੀ ਫਸਲ ਬੀਜ ਲਈ ਅਸੀਂ ਹੁਣ ਉਹਦੇ 'ਚ ਕੰਮ ਕਰਨ ਆਏ ਨੇ ਉਹਨਾਂ ਨੇ ਆਪਣੀ ਮਿਹਨਤ ਦਾ ਮਿਹਨਤ ਨਾਲ ਲੈਤਾ ਪੈਸੇ ਤੇ ਉਹ ਘਰੇ ਚਲੇ ਗਏ ਹੁਣ ਉਹਨਾਂ ਨੂੰ ਤਾਂ ਕੋਈ ਉਹ ਨਹੀਂ ਹੈਗਾ ਮਤਲਬ ਵੀ ਉਹ ਜਿਹੜੇ ਨੇ ਆਲੂ ਬੀਜੇ ਨੇ ਮੰਨ ਲਓ ਮੈਂ ਬੀਜੇ ਨੇ ਹੁਣ ਮੈਂ ਕਿਹੜੀ ਮੰਡੀ 'ਚ ਸਿੱਟਦਾਗਾ ਉਹ ਉਹਨਾਂ ਦਾ ਵਿਚਾਰਿਆ ਮਜ਼ਦੂਰ ਦਾ ਤਾਂ ਕੋਈ ਉਹ ਚ ਲੱਗਾ ਦੇਗਾ ਨਹੀਂ ਹੁਣ ਮੈਂ ਚੱਕ ਕੇ ਉਹ ਕਿਸੇ ਐਸੇ ਕਾਰਪੋਰੇਟ ਨੂੰ ਉਬਚਾਰਾ ਮਜ਼ਦੂਰ ਨੂੰ ਜਾ ਕੇ ਸੀ ਘਰੋਂ ਕੱਢ ਕੇ ਕਹਿਣ ਲੱਗ ਜੀ ਤੂੰ ਉੱਥੇ ਆਲੂ ਬੀਜ ਕੇ ਆਇਆ ਸੀ ਤੇਰਾ ਕਸੂਰ ਹੈ ਇਹ ਇਹ ਸਹੀ ਨਹੀਂ ਨਾ ਹੈਗਾ ਹੁਣ ਐਵੇਂ ਹੀ ਹੋਣਾ ਨੇ ਜਾਂ ਹੋਰ ਵੀ ਆਰਟਿਸਟ ਨੇ ਜਿਨ੍ਹਾਂ ਨੇ ਫਿਲਮਾਂ ਕੀਤੀਆਂ ਨੇ ਉਹ ਪਹਿਲਾਂ ਨਹੀਂ ਹੋਈਆਂ ਹੋਗੀਆਂ ਨੇ ਸਾਈਨ ਸਾਨੂੰ ਹਰ ਚੀਜ਼ ਦਾ ਇੱਕ ਪੱਖ ਨਹੀਂ ਦੇਖਣਾ ਚਾਹੀਦਾ ਦੋਨੋਂ ਪੱਖ ਸਾਨੂੰ ਦੇਖ ਕੇ ਹੀ ਰਹਿਣਾ ਪੈਂਦਾ ਪਹਿਲਾਂ ਵੀ ਜਦੋਂ ਫਿਲਮਾਂ ਹੋਈਆਂ ਹੋਈਆਂ ਨੇ ਜੇ ਆਪਾਂ ਗੱਲ ਕਰੀਏ ਜੇ ਅੱਜ ਇੱਕ ਆਰਟਿਸਟ ਅੱਗੇ ਜਾ ਰਿਹਾ ਪਰ ਉਹ ਕਿਸਾਨਾਂ ਨੂੰ ਛੱਡਦਾ ਨਹੀਂ ਰਿਹਾ ਉਹ ਆਪਣੇ ਭਰਾਵਾਂ ਨਾਲ ਤਾਂ ਖੜਾ ਹੈ ਨਾ ਉਹਨੇ ਕਦੀ ਪਿੱਛੇ ਇਹ ਤਾਂ ਨਹੀਂ ਦਿਖਾਇਆ ਕਿ ਹਾਂ ਮੈਂ ਇਹਨਾਂ ਨਾਲ ਖੜਾ ਨਹੀਂ ਹੋਣਾ ਹਰ ਆਰਟਿਸਟ ਜਾ ਕੇ ਜਿੰਨੀ ਵੀ ਹੁੰਦੀ ਹੈ ਉਹ ਸਪੋਰਟ ਜ਼ਰੂਰ ਕਰਦਾ ਉਹ ਦੇਖੋ ਮੀ ਹੁਣੇ ਦਿੱਲੀ ਵੀ ਗਏ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਦਾਨ ਵੀ ਕੀਤਾ ਕਿ ਚਲੋ 23 ਚੀਜ਼ਾਂ ਮੀਡੀਆ 'ਚ ਨਹੀਂ ਲੈ ਕੇ ਆ ਰਹੇ ਕਿੰਨੇ ਟਰੱਕ ਉਹਨਾਂ ਨੇ ਰਾਸ਼ਨ ਪਾਣੀ ਦੇ ਵੀ ਭੇਜੇ ਨੇ ਤਰਪਾਲਾਂ ਭੇਜੀਆਂ ਨੇ ਤੇ ਇਵਨ ਹਿਡਨ ਚੋਂ ਬਹੁਤ ਹੈਲਪ ਕਰ ਰਹੇ ਤੇ ਨਾਲ ਉਹਨਾਂ ਨੇ ਕਿਸਾਨੀ ਤੇ ਉਹ ਗੀਤ ਵੀ ਕਰਿਆਗਾ ਉਹ ਚੀਜ਼ਾਂ ਨਹੀਂ ਅਸੀਂ ਦਰਦਾਰ ਕਰ ਅਕਚਲੀ ਇੱਥੇ ਲੋਕ ਸਿਰਫ ਉਹ ਚੀਜ਼ਾਂ ਦੇਖਦੇ ਜਿਨ੍ਹਾਂ ਦਾ ਪਤਾ ਵੀ ਨਹੀਂ ਹੁੰਦਾ ਹੁਣ ਪ੍ਰੋਡਿਊਸਰ ਕਿੱਥੇ ਜਾ ਕੇ ਫਿਲਮ ਬੀਚਦਾ ਇੱਕ ਆਰਟਿਸਟ ਨੂੰ ਕੀ ਉਹਨੂੰ ਪਤਾ ਹੀ ਨਹੀਂ ਉਹਦਾ ਉਹਦੀ ਗਲਤੀ ਨਹੀਂ ਨਾ ਹੈਗੀ ਉਹ ਹਾਂ ਤੁਸੀਂ ਆਪਾਂ ਫੇਰ ਕਹਿ ਸਕਦੇ ਵੀ ਐਵੇਂ ਸਾਡੇ ਹੱਕ 'ਚ ਨਹੀਂ ਖੜ ਰਹੇ ਬੋਲ ਨਹੀਂ ਰਿਹਾ ਇਵਨ ਉਹ ਤਾਂ ਕਹਿੰਦਾਗਾ ਵੀ ਮੈਂ ਠੋਕ ਕੇ ਕਿਸਾਨ ਕਿਸਾਨ ਦਾ ਮੈਂ ਖੜਾ ਮੈਂ ਕਿਸਾਨ ਆ ਮੈਂ ਤੇ ਸਾਨੂੰ ਉਹਦੀ ਵੀ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਹੈ ਕੋਈ ਬੰਦੇ ਵਿੱਚ ਹੁੰਦੇ ਨੇ ਕੁਝ ਚੀਜ਼ਾਂ ਮਿਸ ਗਾਈਡ ਹੋ ਜਾਂਦੀਆਂ ਨੇ ਤਾਂ ਇਹਨੂੰ ਸਾਨੂੰ ਛੇਤੀ ਹਵਾ ਨਹੀਂ ਦੇਣੀ ਚਾਹੀਦੀ ਚੀਜ਼ਾਂ ਨੇ ਤੱਥਾਂ ਤੇ ਆਧਾਰ ਤੇ ਹੀ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਲੱਗਦਾ ਕਿ ਅੱਜ ਕੱਲ ਪੇਸ਼ੈਂਟਸ ਘਟੇ ਲੋਕਾਂ ਦੇ ਵਿੱਚ ਔਰ ਅੱਛੇ ਤਰ੍ਹਾਂ ਜਾਂਚ ਪੜਤਾਲ ਵੀ ਨਹੀਂ ਕਰਦੇ ਔਰ ਸੁਣੀ ਸੁਣਾਈ ਗੱਲਾਂ ਤੇ ਜਿਹੜੇ ਵਿਅਕਤੀ ਦੇਖੋ ਜਿਹੜੇ ਇਹ ਲੋਕ ਗੱਲਾਂ ਕਰਦੇ ਨੇ ਨਾ ਉਹ ਸਿਰਫ ਇਹਨਾਂ ਜੋਗੇ ਨੇ ਪਰ ਕਈ ਲੋਕ ਐਪਰੀਸ਼ੀਏਟ ਵੀ ਕਰਦੇ ਨੇ ਹਮੇਸ਼ਾ ਹੀ 네ਗੇਟਿਵ ਪੁਆਇੰਟ ਹੀ ਉਚਾਲਿਆ ਜਾਂਦਾ ਪਰ ਚੰਗੀਆਂ ਗੱਲਾਂ ਦਬਾਈਆਂ ਜਾਂਦੀਆਂ ਕਿਉਂ ਜਿਹੜੀਆਂ ਚੰਗੀਆਂ ਗੱਲਾਂ ਉਹ ਫਿਰ ਮਜ਼ਾ ਆਉਂਦਾ ਫਿਰ ਉਹ ਲੋਕ ਆਉਣਾ ਤੇ ਪੁਆਇੰਟ ਨਹੀਂ ਕਰਦੇ ਟਿੱਪਣੀ ਨਹੀਂ ਕਰਦੇ ਨਾਲੇ ਹੋ ਰਹੀ ਸਾਨੂੰ ਦੇਖਣਾ ਚਾਹੀਦਾ ਵੀ ਸਾਡੀ ਪੰਜਾਬੀ ਇੰਡਸਟਰੀ ਹੁਣ ਗਰੋ ਕਰਨ ਲੱਗੀ ਐ ਇਹ ਇਹ ਇਕੱਲਾ ਇਹ ਨਹੀਂ ਹੈਗਾ ਵੀ ਐਮੀ ਐਮੀ ਹੁਣੀ ਨੇ ਜਾਂ ਸਾਡੇ ਹੋਰ ਆਰਟਿਸਟ ਭਰਾ ਨੇ ਸਿਰਫ ਉਹੀ ਜੁੜੇ ਹੋਏ ਨੇ ਇਹਦੇ ਨਾਲ ਕਿੰਨੇ ਹੀ ਪਰਿਵਾਰ ਜੁੜੇ ਹੁੰਦੇ ਨੇ ਸਪਾਟ ਬਾਇ ਤੋਂ ਲੈ ਕੇ ਲਾਈਟ ਬਾਇ ਤੋਂ ਲੈ ਕੇ ਕੈਮਰਾ ਇਕੁਪਮੈਂਟ ਵਾਲੇ ਲਾ ਲੋ ਡਾਇਰੈਕਸ਼ਨ ਟੀਮ ਲਾ ਲੋ ਠੀਕ ਐ ਫਿਰ ਐਕਸ਼ਨ ਟੀਮ ਮਤਲਬ ਇਹ ਕਿੰਨੇ ਪਰਿਵਾਰ ਜਿਹੜੇ ਰੋਟੀ ਰੋਟੀ ਕਮਾਉਂਦੇ ਇੱਕ ਫਿਲਮ ਦੇ ਨਾਲ ਇੱਕ ਫਿਲਮ ਦੇ ਨਾਲ ਹੁਣ ਜੇ ਅਸੀਂ ਉਹ ਕਈ ਹਾਂ ਫਿਰ ਅੱਗੇ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿ ਪੰਜਾਬ ਚ ਕਿਹੜਾ ਘਰਾਨਾ ਆਇਆ ਜਾਂ ਕਾਰਪੋਰੇਟ ਹੈ ਜਿਹੜਾ ਪੰਜਾਬ ਦਾ ਜਿਹੜਾ ਕਿ ਫਿਲਮਾਂ ਨੂੰ ਉਹ ਕਰ ਰਿਹਾ ਹੈਗਾ ਇੱਕ ਦੋ ਜਿਵੇਂ ਹੁਣ ਸਾਡੇ ਡਿੰਪੀ ਬਾਈ ਹੁਣਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਏਦਾਂ ਦੇ ਸਾਰੇ ਤਾਂ ਹੈ ਨਹੀਂਗੇ ਵੀ ਵੱਡੀਆਂ ਫਿਲਮਾਂ ਲੈ ਕੇ ਆਉਣਗੇ ਸਾਨੂੰ ਸਮਝ ਆਦੀ ਹੁਣ ਜੇ ਕੋਈ ਕਾਰਪੋਰੇਟ ਆਉਂਦਾ ਹੈ ਪੰਜਾਬ ਦੇ ਵਿੱਚ ਅਸੀਂ ਉਹਨਾਂ ਨਾਲ ਡੀਲ ਕਿਵੇਂ ਕਰਨੀ ਹੈ ਵੀ ਸਾਡੇ ਪੰਜਾਬ ਨੂੰ ਉਹਦਾ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ ਦੇਖੋ ਸਾਡਾ ਫਾਇਦਾ ਹੋ ਰਿਹਾ ਹੈਗਾ ਸਾਡੇ ਰੋਜ਼ਗਾਰ ਵੱਧ ਰਹੇ ਹੈਗਾ ਤਾਂ ਅਸੀਂ ਉਸ ਤਰੀਕੇ ਨਾਲ ਵੀ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਆਏ ਤਾਂ ਸਾਡੀ ਹੁਣ ਅਫਗਾਨਿਸਤਾਨ ਜਾਂ ਲਾ ਲੋ ਪਾਕਿਸਤਾਨ ਲਾ ਲੋ ਸਾਡੀ ਉਹਨਾਂ ਨਾਲ ਤਕਰਾਰ ਚੱਲਦੀ ਰਹਿੰਦੀ ਹੈ ਪਰ ਸਾਡਾ ਬਿਜ਼ਨਸ ਵੀ ਉਹਨਾਂ ਨੂੰ ਬਹੁਤ ਵੱਡਾ ਸਾਡਾ ਚੀਨੀ ਦਾ ਗੰਨੇ ਦਾ ਨਮਕ ਦਾ ਪ੍ਰੋਜੈਕਟਸ ਉੱਥੇ ਚੱਲ ਰਹੇ ਆਏ ਤੇ ਉਹਨਾਂ ਨਾਲ ਉਹਦਾ ਟ੍ਰੇਡ ਵੀ ਹੁੰਦਾ ਹੈਗਾ ਜੇ ਉਹ ਟ੍ਰੇਡ ਬੰਦ ਹੋ ਜਾਊਗਾ ਤਾਂ ਦੋਨੋਂ ਕੰਟਰੀਜ਼ ਨੂੰ ਉੱਥੋਂ ਦੇ ਲੋਕਾਂ ਨੂੰ ਆਵਾਮ ਨੂੰ ਬਹੁਤ ਵੱਡਾ ਇੱਕ ਝਟਕਾ ਲੱਗੂਗਾ ਫਾਈਨੈਂਸ਼ੀਅਲੀ ਉਹ ਤੀਜਨ ਵੀ ਸਾਨੂੰ ਦੇਖਣਾ ਚਾਹੀਦਾ ਨਾ ਜੇ ਸਾਡੀ ਪੰਜਾਬੀ ਇੰਡਸਟਰੀ ਕਿੰਨੀ ਕੁਛ ਆ ਰਿਹਾ ਹੈਗਾ ਉਹਨਾਂ ਨੂੰ ਲੱਗਦਾ ਵੀ ਇੱਥੇ ਇਹਨਾਂ ਤੋਂ ਅਸੀਂ ਉਹ ਕੁਝ ਕਰ ਸਕਦੇ ਸਾਨੂੰ ਦਿੰਦੇ ਵੀ ਨਹੀਂ ਪਰ ਇਹ ਵੀ ਹਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਆਪਦਾ ਕਲਚਰ ਜਾਂ ਆਪਣੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਜ਼ਰਅੰਦਾਜ਼ ਕਰੀਏ ਐਦਾਂ ਤਾਂ ਮੈਨੂੰ ਲੱਗਦਾ ਨਹੀਂ ਕਿਸੇ ਆਰਟਿਸਟ ਨੇ ਕੀਤਾ ਹੋਊਗਾ ਨਜ਼ਰਅੰਦਾਜ਼ ਤਾਂ ਉਹ ਇੱਕ ਕੰਮ ਹੈ ਕਿਉਂਕਿ ਆਰਟਿਸਟ ਨੂੰ ਬਣਾਣ ਵਾਲੀ ਆਡੀਅנס ਆ ਅਸੀਂ ਆਡੀਅੰਸ ਨੂੰ ਖਫਾ ਨਹੀਂ ਕਰ ਸਕਦੇ ਨਾ ਇਹ ਬੜੇ ਸੁਖਮ ਹੁੰਦੇ ਨੇ ਯਾਰ ਟਿਸਟ ਹੁਣ ਐਮੀ ਹੁਣ ਤੁਸੀਂ ਪੁੱਤਲੇ ਫੂਕ ਰਹੇ ਹੋ ਉਹ ਪੋਲਿਟਿਸ਼ੀਅਨ ਨਹੀਂ ਹੈਗੇ ਜਾਂ ਉਹ ਉਹਦਾਂ ਦੇ ਕਰਾਪਟ ਬੰਦੇ ਨਹੀਂ ਹੈਗੇ ਵੀ ਉਹ ਚੱਲ ਲੈਣਗੇ ਚੀਜ਼ਾਂ ਇੱਕ ਮੈਂਟਲੀ ਇੱਕ ਟਰੋਲ ਹੁੰਦੇ ਨੇ ਮੈਨੂੰ ਲੱਗਦਾ ਕਿ ਅਸੀਂ ਉਹਦੀ ਜਗ੍ਹਾ ਤੇ ਹੁੰਦੇ ਸ਼ਾਇਦ ਅਸੀਂ ਆਪਣੇ ਆਪ ਨੂੰ ਬੰਦ ਕਰ ਲੈਂਦੇ ਹੋਰ ਬਹੁਤ ਹਿੰਮਤ ਚਾਹੀਦੀ ਹੈ ਫੈਮਿਲੀ ਹੈ ਮਦਰ ਨੇ ਉਹਨਾਂ ਦੇ ਠੀਕ ਹੈ ਪਰਿਵਾਰ ਹੈ ਉਹਨਾਂ ਦੇ ਕੀ ਬੀਤ ਦਿਉ ਐਮੀ ਸਟਰੋਂਗ ਹੋ ਸਕਦਾ ਹੈ ਕਿਉਂਕਿ ਉਹਨੂੰ ਪਤਾ ਵੀ ਯਾਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਰਹਿੰਦੀਆਂ ਨੇ ਪਰ ਉਹਨਾਂ ਲਈ ਕਿੰਨਾ ਖਤਰਨਾਕ ਹੁੰਦਾ ਟੀਵੀ ਤੇ ਦੇਖਣਾ ਵੀ ਉਹਨਾਂ ਦੇ ਪੁੱਤਲੇ ਫ ਇਹ ਇਹਨਾਂ ਇੱਕ ਇਹ ਲਫ਼ਜ਼ ਬਹੁਤ ਵੱਡਾ ਗੱਦਾਰ ਦਾ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੱਦਾਰ ਕੀ ਹੁੰਦਾ ਗੱਦਾਰ ਦਾ ਮਤਲਬ ਕੀ ਹੈ ਐਕਚੁਅਲੀ ਇਹ ਨਹੀਂ ਪਤਾ ਬਿਲਕੁਲ ਐਕਚੁਅਲੀ ਤੁਸੀਂ ਕਹਿੰਦੇ ਹੋ ਨਾ ਮਿੰਟ ਵਿੱਚ ਇੱਕ ਮਿੰਟ ਵਿੱਚ ਕਿਸੇ ਨੂੰ ਗੱਦਾਰ ਕਹਿ ਦਿੰਨੇ ਹੋ ਜਿਨਨੇ 20 ਸਾਲ ਤਪੱਸਿਆ ਕੀਤੀ ਹੋਵੇ ਤੁਹਾਡੇ ਲਈ ਸੇਵਾ ਕੀਤੀ ਹੋਵੇ ਤੁਸੀਂ ਇੱਕ ਸਿਰਫ ਉਹ ਵੀ ਕਿਸੇ ਹੋਰ ਦੀ ਗਲਤੀ ਕਰਨ ਤੁਸੀਂ ਉਹਨੂੰ ਗੱਦਾਰ ਕਹਿ ਰਹੇ ਹੋ ਇਹ ਤਾਂ ਗਲਤ ਹੈ ਤੁਹਾਨੂੰ ਲੱਗਦਾ ਆਪਾਂ ਨੂੰ ਵੀ ਜੇ ਇਹ ਸਾਡੇ ਕਿਸੇ ਵੀ ਭਰਾ ਨੇ ਐਮੀ ਨੇ ਲਾ ਲਓ ਜਾਂ ਅਸੀਂ ਲਾ ਲਓ ਜਾਂ ਕਿਸੇ ਹੋਰ ਆਰਟਿਸਟ ਨੇ ਕੋਈ ਤੁਹਾਨੂੰ ਲੱਗਿਆ ਵੀ ਇਹਦੇ ਤੋਂ ਆਹ ਗਲਤੀ ਹੋਈ ਹੈ ਆਪਾਂ ਪਰਿਵਾਰ ਦੇ ਹਿੱਸੇ ਸਾਰੇ ਸਾਡਾ ਕੰਨ ਫੜਕੀ ਤੁਸੀਂ ਕਹਿ ਸਕਦੇ ਹੋ ਵੀ ਯਾਰਾ ਇੱਥੇ ਆਪਾਂ ਐ ਨਹੀਂ ਕਰਨਾ ਇਹ ਸਾਡੇ ਪੰਜਾਬ ਲਈ ਜਾਂ ਸਾਡੇ ਕਲਚਰ ਲਈ ਸਾਡੇ ਦੇਸ਼ ਲਈ ਸਹੀ ਨਹੀਂ ਹੈਗਾ ਤਾਂ ਅਸੀਂ ਸੁਣਾਗੇ ਨਾ ਗੱਲ ਕਿਉਂਕਿ ਆਪਾਂ ਪਰਿਵਾਰ ਆ ਇੱਕ ਲੋਕ ਸਾਰੇ ਨੇ ਲੋਕ ਵੀ ਸਾਡਾ ਹੀ ਹਿੱਸਾ ਨਹੀਂ ਸੀ ਉਹਨਾਂ ਦੇ ਹਿੱਸਾ ਕਹਿੰਦੇ ਜੇ ਮਾਪੇ ਬੈਠ ਕੇ ਸਮਝਾਵੇ ਨਾ ਬੱਚੇ ਨੂੰ ਬੱਚਾ ਕਦੀ ਬਾਹਰੋਂ ਪਟਕਦਾ ਨਹੀਂ ਹੈਗਾ ਬੱਚੇ ਨੂੰ ਬਾਗੀ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਜਦੋਂ ਬਾਗੀ ਬੱਚੇ ਕਿਹੜੇ ਹੁੰਦੇ ਹੁੰਦੇ ਨੇ ਜਦੋਂ ਉਹਨਾਂ ਨੇ ਜਿਹਨਾਂ ਨੂੰ ਬਾਰ-ਬਾਰ ਬਾਗੀ ਕਿਹਾ ਜਾਵੇ ਕੀ ਆ ਜਾਂਦਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਹਰ ਹਰ ਬੰਦੇ ਦਾ ਇੱਕ ਪੁਆਇ तरीका होना चाहिए था गल रखना दा अपना भी और अगले दी गल सुनन दा ओ भी, लखो जीरा लखो, जीरा भी लखो, लखो। 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 कुछ जिरा रखो जे ਤੁਸੀਂ ਕਹਿੰਦੇ ਹੋ ਕਿਸੇ ਨੂੰ ਮੈਂ ਤੁਹਾਨੂੰ ਮੰਨ ਲਓ ਕੁਝ ਕਹਿਤਾ ਵੀ ਤੁਹਾਡੇ ਚ ਆ ਵਧੀਆ ਆ ਨਹੀਂ ਵਧੀਆ ਫਿਰ ਮੈਨੂੰ ਵੀ ਸੁਨਣ ਦਾ ਇੱਕ ਜੀਰਾ ਹੋਣਾ ਚਾਹੀਦਾ ਤੁਸੀਂ ਮੈਨੂੰ ਵੀ ਦੱਸੋਗੇ ਨਵਦੀਪ ਤੇਰੇ ਚ ਆ ਕਮੀਆਂ ਨੇ ਇਹਨਾਂ ਨੂੰ ਆਪਾਂ ਐ ਕਰਕੇ ਤੂੰ ਦੂਰ ਕਰ ਸਕਦਾਗਾ ਤਾਂ ਉਹ ਪੰਜਾਹ ਮਿੰਟ ਸਹੀ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸੈਟ ਆ ਫੇਸਬੁੱਕ ਪੇਜ ਬਾਲੀਵੁੱਡ ਦਰਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ